हेलो स्टूडेंट एंड वंस अगेन वेलकम टू दिस चैनल आज दिस वीडियो च हम एक बहुत ही इंपॉर्टेंट थे कॉमन क्वेश्चन डिस्कस करण जा रहे हैं वो है आईएल स्पीकिंग टेस्ट बारे बहुत मैसेजेस uh, आ रहे हैं स्टूडेंट्स दे कमेंट्स आ रहे हैं वो जानना चाहते जान हैं कि जिन्ना स्टूडेंट्स दी आईएलस दी स्पीकिंग टेस्ट हो गया है वो दोबारा कंडक्ट होवेगा कि नहीं होवेगा ਜੀਵੇਂ ਕਿ 24th April ਤੋਂ ਬਾਅਦ ਪੰਜਾਬ ਵਿੱਚ IELTS ਦਾ ਐਗਜ਼ਾਮ ਕੰਡਕਟ ਨਹੀਂ ਹੋਇਆ ਤੇ ਕਾਫੀ ਸਟੂਡੈਂਟਸ ਦੀ ਸਪੀਕਿੰਗ ਹੋ ਗਈ ਹੈ ਤੇ ਕਾਫੀ ਸਟੂਡੈਂਟਸ ਦੀ ਸਪੀਕਿੰਗ ਪੈਂਡਿੰਗ ਹੈ ਹੁਣ ਮੋਸਟਲੀ ਸਟੂਡੈਂਟ ਜਾਨਣਾ ਚਾਹੁੰਦੇ ਨੇ ਕਿ ਸਪੀਕਿੰਗ ਦਾ ਟੈਸਟ ਦੁਬਾਰਾ ਕੰਡਕਟ ਹੋਏਗਾ ਕਿ ਨਹੀਂ ਸਟੂਡੈਂਟ ਇੱਕ ਚੀਜ਼ ਸਾਨੂੰ ਅਸੀਂ ਕਨਫਰਮ ਕਰ ਦੇਣਾ ਚਾਹੁੰਦੇ ਹਾਂ 100% ਸ਼ੋਰ ਹੈ ਕਿ ਜਿਨ੍ਹਾਂ ਦੀ ਸਪੀਕਿੰਗ ਹੋ ਗਈ ਹੈ ਉਹਨਾਂ ਦੀ ਸਪੀਕਿੰਗ ਦੁਬਾਰਾ ਹੋਵੇਗੀ ਇਹ ਸਟੂਡੈਂਟਸ ਦੁਬਾਰਾ ਹੋਵੇਗੀ ਚਾਹੇ ਤੁਹਾਡੀ ਸਪੀਕਿੰਗ ਹੋ ਗਈ ਹੈ ਚਾਹੇ ਨਹੀਂ ਹੋਈ ਸਪੀਕਿੰਗ ਦਾ स्लॉट ਤੁਹਾਨੂੰ ਦੁਬਾਰਾ ਰਿਸੀਵ ਹੋਏਗਾ ਕਾਫੀ ਸਟੂਡੈਂਟਸ ਨੂੰ ਮੇਲ ਵੀ ਰਿਸੀਵ ਹੋ ਗਈਆਂ ਨੇ ਆਈਜੀਪੀ ਵੱਲੋਂ ਬ੍ਰਿਟਿਸ਼ ਕੌਂਸਲ ਵੱਲੋਂ ਕਿ ਉਹ ਸਪੀਕਿੰਗ ਦਾ ਆਪਣਾ स्लॉट ਚੂਜ਼ ਕਰ ਸਕਦੇ ਨੇ ਤੇ ਇਸ ਤੋਂ ਇਹ ਚੀਜ਼ ਕਨਫਰਮਡ ਹੈ कि स्पीकिंग दोबारा ही कंडक्ट होगी अपनी स्पीकिंग प्रैक्टिस कंटिन्यू करो नवे क्यू कार्ड प्रिपेयर करो ऑलरेडी वो अपलोड किए जा चुके हैं वो लिंक जड़ा है सोल्व्ड क्यू कार्ड सैंपल आंसर जेड़े नवे क्यू कार्ड है मे टू अगस्त ओद सैंपल आंसर मैं डिस्क्रिप्शन बॉक्स लिंक दे रही हाँ कमेंट बॉक्स भी दे रही हाँ तो अपनी स्पीकिंग लिसनिंग रीडिंग राइटिंग ਸਭ ਚੀਜ਼ਾਂ ਦੀ ਪ੍ਰੈਪਰੇਸ਼ਨ ਕੰਟੀਨਿਊ ਰੱਖੋ ਉਮੀਦ ਇਹੀ ਹੈ ਕਿ ਜੂਨ ਦੇ ਮਿਡ ਵਿੱਚ ਇਗਜ਼ਾਮ ਸਟਾਰਟ ਹੋ ਜਾਣਗੇ ਤੁਹਾਡਾ ਹੋਰ ਕੋਈ ਕੁਐਸਚਨ ਹੈ ਆਰਟ ਸੇ ਰਿਗਾਰਡਿੰਗ ਇਗਜ਼ਾਮ ਦੇ ਰਿਗਾਰਡਿੰਗ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਜਿਹੜੇ ਕਾਮਨ ਕੁਐਸਚਨਸ ਹੋਣਗੇ ਉਹਦਾ ਡੈਫੀਨੇਟਲੀ ਆਨਸਰ ਦਿੱਤਾ ਜਾਏਗਾ ਵੀਡੀਓ ਵੀ ਅਪਲੋਡ ਕੀਤਾ ਜਾਏਗਾ ਤੁਹਾਡੇ ਡਾਊਟ ਕਲੀਅਰ ਕੀਤੇ ਜਾਣਗੇ ਅਗਰ ਤੁਹਾਨੂੰ ਇਸ ਤਰ੍ਹਾਂ ਦੀ ਮੇਲ ਰਿਸੀਵ ਹੋਈ ਹੈ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸ ਸਕਦੇ ਹੋ ਰੈਸਟ ਹੋਰ ਵੀ ਕਿਸੇ ਮੋਡਿਊਲ ਬਾਰੇ ਡਾਊਟ ਹੈ ਤਾਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਸੇਫ ਰਹੋ ਪ੍ਰੋਟੈਕਟ